खबर मोगा तो है। मोगा दा रहण वाला जशनदीप यूक्रेन तो सुरक्षित अपने घर पहुंच गया है। जशनदीप ने भारत सरकार दा धन्नवाद कीता है पर नाल ही कहा है कि उत्थे फसे विद्यार्थियों नूं कढ़न दा जो प्रोसेस है उस पे सरकार नूं तेजी लियानी चाहिए। जशनदीप ने कहा कि उत्थे रह रहे विद्यार्थियों नूं हौली हौली खाण पीण दे समान दी वी दिक्कत आउणी शुरू हो गई है। अपने जी नूं मुड़ अपनियां अक्खां सामने वेख के जशनदीप दे परिवार वाले रब दा शुकराना अदा कर रहे ने। यूक्रेन ਦੇ ਵਿੱਚ ਜਿਹੜੀ ਸਾਡੀ ਸਿਟੀ ਆ ਉਹ ਤਾਂ ਹਜੇ ਤੱਕ ਠੀਕ ਚੱਲ ਰਹੀ ਆ ਬਟ ਜਿਹੜੇ ਕੈਪੀਟਲ ਸਿਟੀ ਆ ਜਿਵੇਂ ਕੀਵ ਆ ਉੱਥੇ ਸਿਚੁਏਸ਼ਨ ਕਾਫੀ ਪੈਨਿਕ ਹੋਈ ਵੀ ਆ ਉੱਥੇ ਕਿਉਂਕਿ ਬੌਂਬਿੰਗ ਹੋ ਰਹੀ ਆ ਫਾਇਰਿੰਗ ਹੋ ਰਹੀ ਆ ਤੇ ਉੱਥੇ ਜਿਹੜੇ ਸਟੂਡੈਂਟ ਸਟੱਕ ਕੀਤੇ ਹੋਏ ਨੇ ਕਾਫੀ ਡਰੇ ਹੋਏ ਨੇ ਤੇ ਬਾਕੀ ਵੀ ਥੋੜਾ ਜਿਹਾ ਕੰਟਰੀ ਦੇ ਵਿੱਚ ਡਰ ਦਾ ਮਾਹੌਲ ਤੇ ਹੈ ਕਿਉਂਕਿ ਸਰ ਸਾਰੇ ਉੱਥੇ ਯੂਕਰੇਨ ਜਿਹੜੇ ਲੋਕਲਸ ਨੇ ਉਹ ਵੀ ਕਾਫੀ ਡਰੇ ਹੋਏ ਨੇ ਤੇ ਬਾਕੀ ਸਾਡੀ ਸਿਟੀ ਵਾਲਾ ਹਜੇ ਸਿਚੁਏਸ਼ਨ ਥੋੜੀ ਜਿਹੀ ਘੱਟ ਹੋ ਸੀ ਕਿਉਂਕਿ ਉਹ ਵੈਸਟ ਸਾਈਡ ਤੇ ਆ ਤੇ ਉੱਥੇ ਇੰਨਾ ਵਾਰ ਉਹ ਵਾਰ ਜ਼ੋਨ ਦੇ ਵਿੱਚ ਨਹੀਂ ਆ ਰਿਹਾਗਾ ਤੇ ਇਸ ਕਰਕੇ ਉੱਥੇ ਥੋੜੇ ਸੇਫ ਫੀਲ ਕਰ ਰਹੇ ਸੀਗੇ ਬਟ ਡਰ ਤਾਂ ਸੀਗਾ ਹੀ ਇੱਕ ਤੇ ਬਟ ਅੱਜ ਵੈਕੁਏਟ ਹੋ ਕੇ ਆਏ ਤੇ ਥੋੜਾ ਰਿਲੈਕਸ ਫੀਲ ਕਰ ਰਹੇ ਹਾਂ। ਹਾਂਜੀ ਜਸ਼ਨ ਯੂਕਰੇਨ ਤੋਂ ਵਾਪਸ ਆਇਆ, ਸਾਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਵੀ ਸਾਡਾ ਬੇਟਾ ਜਿਹੜਾ ਹੈਗਾ ਅੱਜ ਘਰ ਪਹੁੰਚ ਗਿਆ, ਪਰ ਮੇਰੀ ਭਾਰਤ ਸਰਕਾਰ ਨੂੰ ਇਹ ਅਪੀਲ ਹੈ ਕਿ ਜੋ ਬੱਚੇ ਉੱਥੇ ਵੀ ਬੈਠੇ ਹੈਗੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਹੈ ਬਾਹਰ ਕੱਢਿਆ ਜਾਵੇ ਤਾਂ ਕਿ ਉਹ ਬੱਚੇ ਵੀ ਸੇਫਲੀ ਆਪਣੇ ਘਰ ਜਿਹੜੇ ਹੈਗੇ ਪਹੁੰਚ ਸਕਣ। ਦੇਖੋ ਜੀ, ਬੱਚਾ ਘਰੇ ਆਇਆ ਵਾ ਤੇ ਮਨ ਨੂੰ ਬਹੁਤ ਖੁਸ਼ੀ ਹੋ ਰਹੀ ਹੈ। ਜਿੰਨੀ ਦੇਰ ਉੱਧਰ ਸੀਗਾ ਉਹ ਤਾਂ ਸਾਡਾ ਮਨ ਬਸ ਸਮਝੋ ਵੀ ਸਾਨੂੰ ਤਾਂ ਰੋਟੀ ਵੀ ਸਵਾਦ ਨਹੀਂ ਲੱਗਦੀ ਹੁੰਦੀ ਸੀ, ਬੜੀ ਮੁਸ਼ਕਲ ਨਾਲ ਇੱਥੇ ਸਾਡੇ ਕੋਲ ਪਹੁੰਚਿਆ ਵਾ। ਇੰਡੀਅਨ ਗਵਰਨਮੈਂਟ ਨੂੰ ਅਪੀਲ ਕਰਦੇ ਹਾਂ ਵੀ ਜਿਹੜੇ ਉੱਧਰ ਬੱਚੇ ਫਸੇ ਹੋਏ ਆ ਨਾ ਉਹਨਾਂ ਦਾ ਬਹੁਤ ਬੁਰਾ ਹਾਲ ਆ, ਉਹਨਾਂ ਨੂੰ ਵੀ ਕੱਢਿਆ ਜਾਵੇ ਜਲਦੀ ਤੋਂ ਜਲਦੀ, ਜਿੰਨਾ ਵੀ ਪ੍ਰੋਸੀਜਰ ਤੇਜ਼ ਹੋ ਸਕਦਾ ਤੇਜ਼ ਕੀਤਾ ਜਾਵੇ ਬੱਚਿਆਂ ਨੂੰ ਕੱਢਣ ਦਾ।